أحييكم في كثير من الأمر لعنتم ولكن الله حبب إليكم الإيمان وزينه في قلوبكم وكره إليكم الكفر والفسوق والعصيان بسم الله الرحمن الرحيم واعلموا أن في لو يطيعكم في كثير من الأمر لعنتم ولكن الله حبب إليكم الإيمان ولكن الله حبب إليكم الإيمان وزينه في قلوبكم وكره إليكم الكفر والفسوق والعصيان أولئك هم الراشدون فضلا من الله ونعمة والله عليم حكيم ولكن والعصيان
والله عليم حكيم والله عليم والله عليم حكيم آمنت بالله صدق الله العلي العظيم اے بھائی کلام اللہ بھی ہے تے خطاب اللہ بھی ہے اس خطاب کے بعد تے پھر علماء کرام اور مزد صادرین، بس سب تو ضروری چیز ہے کہ اپنے دین دی حفاظت اور اپنے دین نال جڑا تعلق ہے نو بڑا ہی مضبوط کرنا چاہیے، رکھنا چاہیے۔ یہ کوئی ایسی نہ مسئلہ تا نہ سوچے، کوئی ایسیاں کوئی بعض علماء نے کہ بندے نو ایسی گل کرتے ہیں کہ وہ بالکل وہ دا دین نال کوئی تعلق نہیں۔ تسی مینوں ہن دسو، میں تینوں موٹی موٹی گل دساں، تسی اللہ تعالیٰ نال محبت رکھتے ہو؟ دسو بھائی کتنی زیادہ ہے؟ بہت ہے، اور کرنا چاہتے بھی ہو نا؟ تو مینوں بھی کوئی دسو، میں بھی محبت کرنی چاہنا۔ کیوں بھائی؟ مینوں بھی کوئی طریقہ دسو نا، مفتی صاحب کو دسو طریقہ، میں بھی اللہ تعالیٰ نال محبت کراں۔ ظاہر ہے وہ مالک ہے، خالق ہے، انہیں بنایا ہے، انہیں انیاں نعمتاں عطا فرمائیاں نے، اسی وہ دا شکر ہی نہیں ادا کر سکتے، ٹھیک ہے نا؟ انہیں اکھاں عطا فرمائیاں، انہیں منہ عطا فرمایا، لتاں چلن واسطے، تے انہاں نوں پوچھو نا جہدیاں لتاں نہیں، تے انہاں نوں پوچھو جنہاں دیاں اکھاں نہیں۔ یہ تے اسی تے ادا ہی نہیں شکر ادا کر سکتے، تے اس مالک دے نال محبت کرن نوں بڑا جی کردا ہے، لیکن کوئی سمجھ نہیں آتی کہ کتھے جا کے کریے، کوئی تھان ٹکانے کا بھی نہیں پتا۔ یہ کس طرح کی محبت ہے اللہ تعالیٰ دی کہ وہ جسم ہی کوئی نہیں ہے، وہ اکھ ہی کوئی نہیں، وہ صورت ہی کوئی نہیں۔ محبت تو صورت نال ہوئے گی نا، یا کوئی نشان مل جائے گا محبت ہو جائے گی؟
ਨਾ ਕੋਈ ਨਿਸ਼ਾਨ, ਨਾ ਕੋਈ ਸੂਰਤ, ਜਿਸਮ ਉਹਦਾ ਕੋਈ ਨਹੀਂ, ਤੇ ਕਿਸ ਤਰ੍ਹਾਂ ਮੁਹੱਬਤ ਕਰੀਏ ਬਈ? ਕੋਈ ਤਰੀਕਾ ਮੈਨੂੰ ਦੱਸ ਸਕਦਾ ਤੁਹਾਡੇ ਚ? ਹਾਂਜੀ ਆਪ ਸਾਹਿਬ, ਤੁਸੀਂ ਜੋ ਮੱਕੇ ਰਹਿ ਗਏ ਹੋ ਇੰਨਾ ਚਿਰ, ਕੋਈ ਤਰੀਕਾ ਦੱਸੋ ਨਾ ਕਿ ਅੱਲਾਹ ਤਾਲਾ ਨਾਲ ਮੁਹੱਬਤ ਦਾ ਕੋਈ ਤਰੀਕਾ ਐਸਾ ਹੋਵੇ, ਕਿਸ ਤਰ੍ਹਾਂ ਕਰੀਏ ਬਈ? ਸਮਝ ਆ ਰਹੀ ਜੇ ਗੱਲ ਕਿ ਨਹੀਂ? ਜਿਹੜੇ ਜਿਹਨਾਂ ਨੂੰ ਮੁਹੱਬਤ ਹੁੰਦੀ ਹੈ ਨਾ, ਉਹ ਜਿਹੜੇ ਮੁਹਿੱਬ ਬਣਦੇ ਨੇ ਅਤੇ ਜਿਹੜੇ ਮਹਬੂਬ ਬਣਾ ਲੈਂਦੇ ਨੇ, ਉਹਨਾਂ ਨੂੰ ਪੁੱਛੋ ਨਾ ਕਿਸ ਤਰ੍ਹਾਂ ਹੁੰਦੀ ਹੈ ਮੁਹੱਬਤ, ਕਿ ਉਹ ਰਹਿ ਹੀ ਨਹੀਂ ਸਕਦੇ, ਹਰ ਵਕਤ ਉਸ ਖਿਆਲ 'ਚ ਰਹਿਣਗੇ, ਕਿਉਂਕਿ ਸੂਰਤ ਇੱਕ ਸਾਹਮਣੇ ਹੁੰਦੀ ਹੈ ਨਾ। ਅਤੇ ਉਹ ਹੁਣ ਮਜਨੂੰ ਸੀ ਨਾ, ਉਹਨੂੰ ਲੈਲਾ ਨਾਲ ਇਹ ਨਹੀਂ ਜ਼ਿਆਦਾ ਮੁਹੱਬਤ ਸੀ ਕਿ ਇਹ ਕੁੱਤਾ ਉਹਦੇ ਪੈਰ ਚੁੰਮਣ ਲੱਗ ਪਿਆ, ਅਤੇ ਐੱਮ ਏ 'ਚ ਉਹਦਾ ਨਿਸਾਬ ਪੜ੍ਹਾਇਆ ਜਾਂਦਾ, ਕੋਈ ਪਾਗਲ ਨਹੀਂ ਸੀ ਉਹ, ਮਜਨੂੰ ਨੂੰ ਕਿਹਾ ਜਾਂਦਾ, ਬੜਾ ਪੜ੍ਹਿਆ ਲਿਖਿਆ ਸੀ, ਯਾਨੀ ਉਹਦਾ ਕਿਤਾਬ ਹੈ ਦੀਵਾਨੇ ਕੈਸ, ਉਹ ਯੂਨੀਵਰਸਿਟੀ 'ਚ ਪੜ੍ਹਾਇਆ ਜਾਂਦਾ। ਉਹਦਾ ਪਹਿਲਾ ਸ਼ੇਰ ਹੈ, ਇਲਾਹੀ ਤੁਬਤ ਮਿਨ ਕੁੱਲ ਮਾਸੀ ਵਲਾਕਿਨ ਹੁਬ ਲੈਲਾ ਲਮਤੂ। ਕਿਸ ਤਰ੍ਹਾਂ ਦੀ ਉਹਦੀ ਮੁਹੱਬਤ ਸੀ? ਜਦੋਂ ਉਹਦੇ ਵਾਲਦ ਨੇ ਬੈਤ ਵਾਸਤੇ ਖੜਿਆ ਨਾ, ਅਤੇ ਉਹ ਬਜ਼ੁਰਗ ਫਰਮਾਨ ਲੱਗੇ, ਕੁੱਲ ਯਾ ਕੈਸ ਅਸਤਗਫਿਰੁਲਲਾਹ ਵਾ ਅਤੂਬੁ ਇਲੈਹ, ਅਤੇ ਮਜਨੂੰ ਰੋਣ ਲੱਗ ਪਿਆ, ਆਖਣ ਲੱਗਾ, ਇਲਾਹੀ ਤੁਬਤ ਮਿਨ ਕੁੱਲ ਮਾਸੀ, ਯਾ ਅੱਲਾ ਮੇਰੀ ਸਭ ਗੁਨਾਹੋਂ ਸੇ ਤੋਬਾ, ਵਲਾਕਿਨ ਹੁਬ ਲੈਲਾ ਲਮਤੂ, ਲੇਕਿਨ ਲੈਲਾ ਕੀ ਮੁਹੱਬਤ ਸੇ ਨਹੀਂ ਤੋਬਾ ਮੇਰੀ। ਇਹ ਦੇਖੇ ਕੀ ਮੁਹੱਬਤ ਸੇ ਨਹੀਂ ਤੋਬਾ ਮੇਰੀ, ਵੈਸੇ ਮੈਂ ਤੋਬਾ ਕਰਦਾ। ਤੋ ਫਰਮਾਨੇ ਲੱਗੇ, ਇਸ ਕੋ ਲੈ ਜਾਓ, ਇਸ ਕੋ ਪਤਾ ਹੀ ਨਹੀਂ ਹੈ, ਇਹ ਦੀਵਾਨਾ ਸਾਹਿਬ ਬੇਚਾਰਾ, ਮੁਹੱਬਤ ਮੈਂ ਇਸ ਕੋ ਪਤਾ ਹੀ ਨਹੀਂ ਹੈ। ਅਤੇ ਕੋਈ ਮੌਲਾਨਾ ਸਾਹਿਬ ਨਮਾਜ਼ ਪੜ੍ਹ ਰਹੇ ਸਨ, ਅਤੇ ਮਜਨੂੰ ਅੱਗੋਂ ਦੀ ਲੰਘ ਗਿਆ, ਅਤੇ ਮੌਲਾਨਾ ਸਾਹਿਬ ਨੇ ਨੀਅਤ ਤੋੜ ਕੇ ਜਾ ਕੇ ਉਹਨੂੰ ਧੋਣ 'ਚ ਮਾਰੀ ਇੱਕ, ਅਤੇ ਆਖਿਆ ਕਿ ਤੈਨੂੰ ਪਤਾ ਨਹੀਂ ਮੈਂ ਨਮਾਜ਼ ਪੜ੍ਹਦਾ ਪਿਆ ਸਾਂ, ਤੂੰ ਮੇਰੀ ਨਮਾਜ਼ ਖਰਾਬ ਕਰ ਛੱਡੀ, ਪਿੱਛੇ ਧੋਣ 'ਚ ਮਾਰੀ ਇੱਕ। ਹੈਂ ਮਜਨੂੰ ਵਾਲਾ ਨੂੰ ਵੀ ਹੋਸ਼ ਆਈ, ਉਹ ਆਪਣੀ ਮਸਤੀ 'ਚ ਜਾ ਰਿਹਾ ਸੀ, ਮਜਨੂੰ ਆਖਣ ਲੱਗਾ, ਜੀ ਕੀ ਹੋਇਆ ਮੌਲਾਨਾ ਸਾਹਿਬ? ਉਹਨਾਂ ਕਿ ਤੈਨੂੰ ਨਹੀਂ ਪਤਾ ਤੂੰ ਮੇਰੀ ਨਮਾਜ਼ ਖਰਾਬ ਕਰ ਦਿੱਤੀ, ਅੱਗੋਂ ਦੀ ਲੰਘ ਗਿਆ, ਅਤੇ ਫਾਸਲਾ ਕਿੰਨਾ ਉਹ ਸੜਕ ਦਾ ਫਾਸਲਾ, ਹੈ ਇੰਨੀ ਦੂਰੋਂ। ਉਹਨਾਂ ਕਿਹਾ, ਮੌਲੀ ਸਾਹਿਬ ਅੱਛਾ ਜੀ, ਪਤਾ ਨਹੀਂ ਲੱਗਾ ਮੈਨੂੰ, ਮੈਂ ਅਸਲ 'ਚ ਲੈਲਾ ਦੇ ਖਿਆਲ ਵਿੱਚ ਜਾ ਰਿਹਾ ਸਾਂ, ਅਤੇ ਮੈਨੂੰ ਇਮਾਨ ਨਾਲ ਤੁਸੀਂ ਨਜ਼ਰ ਨਹੀਂ ਆਏ, ਪਰ ਮੌਲੀ ਸਾਹਿਬ ਮੈਨੂੰ ਇੱਕ ਜਵਾਬ ਦਿਓ, ਤੁਸੀਂ ਜਿਹਦੇ ਖਿਆਲ ਦੇ ਵਿੱਚ ਖੜ੍ਹੇ ਸੋ, ਮੈਂ ਤੁਹਾਨੂੰ ਕਿਵੇਂ ਨਜ਼ਰ ਆ ਗਿਆ? ਹੈ ਤੁਸੀਂ ਜੀ ਮੈਨੂੰ ਮਾਰ ਲਿਆ। ਬਾਬਾ ਫਰੀਦ ਗਨਸ਼ਕਰ ਰਹਿਮਤੁੱਲਾ ਅਲੈਹ ਦੇ ਦਮਾਦ ਸਨ, ਹਜ਼ਰਤ ਬਦਰੁਦੀਨ ਇਸਾਕ, ਉਹਨਾਂ ਦਾ ਮਜ਼ਾਰ ਦਿੱਲੀ ਵਿੱਚ ਹੈ। ਆ ਫਰਮਾਉਂਦੇ ਨੇ, ਹਜ਼ਰਤ ਹਮੀਦੁੱਦੀਨ ਨਗੌਰੀ ਦੇ ਹਵਾਲੇ ਨਾਲ ਕਹਿੰਦੇ ਨੇ, ਕਿਆਮਤ ਵਾਲੇ ਦਿਨ ਅੱਲਾਹ ਤਾਲਾ ਫਰਮਾਏਗਾ, ਕੋਈ ਹੈ ਮਜਨੂੰ ਕੀ ਤਰ੍ਹਾਂ ਮੁਝਸੇ ਮੁਹੱਬਤ ਰੱਖਣੇ ਵਾਲਾ, ਜਿਸ ਤਰ੍ਹਾਂ ਇਸਕੋ ਲੈਲਾ ਕੇ ਸਾਥ ਥੀ? ਇਹਦਾ ਜਵਾਬ ਨਹੀਂ ਹੋਏਗਾ ਕਿਤੇ, ਕੋਈ ਹੈ ਅਸੀਂ ਮੁਹੱਬਤ ਰੱਖਣੇ ਵਾਲਾ, ਯਾਨੀ ਉਹਨੂੰ ਕਿੰਨੀ ਮੁਹੱਬਤ ਸੀ ਲੈਲਾ ਨਾਲ। ਫਿਰ ਇੱਕ ਦਫ਼ਾ ਰੋਇਆ ਕਿ ਯਾ ਅੱਲਾ ਮੈਨੂੰ ਕਿਹਦੀ ਮੁਹੱਬਤ 'ਚ ਮੈਂ, ਮਤਲਬ ਮੇਰਾ ਹਾਂਜੀ ਕੁਛ ਵੀ ਨਹੀਂ। ਫਿਰ ਆਵਾਜ਼ ਆਈ ਕਿ ਹਾਜ਼ਾ ਹੁਬੀ, ਇਹ ਹਮਾਰੀ ਮੁਹੱਬਤ ਹੈ। ਫਿਨਲ ਮਜਾਜ਼ ਅਕੰਤਰਤੁਲ ਹਕੀਕਾ, ਮਜਾਜ਼ ਜੋ ਹੈ ਇਹ ਹਕੀਕਤ ਕਾ ਪੁੱਲ ਹੈ। ਮਜਾਜ਼ ਦੇ ਵਿੱਚ ਵੜਿਆ ਅਤੇ ਫਿਰ ਅੱਲਾ ਨੂੰ ਤਰਸ ਆਇਆ ਅਤੇ ਆਪਣੀ ਮੁਹੱਬਤ ਤਾ ਫਰਮਾ ਛੱਡੀ। ਬਜ਼ੁਰਗਾਂ ਨੇ ਬੜਾ ਮੁਕਾਮ ਲਿਖਿਆ ਉਹਨਾਂ ਦਾ, ਔਰ ਬੜੀ ਪੜ੍ਹੀ ਲਿਖੀ ਸ਼ਖਸੀਅਤ ਸਨ, ਅਤੇ ਕੁੱਤੇ ਦੇ ਪੈਰ ਚੁੰਮਣ ਲੱਗ ਪਿਆ, ਹੱਥ ਬੰਨ ਲਏ ਅਤੇ ਕੁੱਤੇ ਦੇ ਪੈਰ ਚੁੰਮਣਾ ਸ਼ੁਰੂ ਕਰ ਦਿੱਤੇ। ਔਰ ਸਰਦਾਰ ਦਾ ਬੇਟਾ ਸੀ, ਭੁੱਖਾ ਨੰਗਾ ਬੰਦਾ ਨਹੀਂ ਸੀ, ਬੜਾ ਪੜ੍ਹਿਆ ਲਿਖਿਆ। ਉਹਦਾ ਦੋਸਤ ਉਹਨੂੰ ਕਹਿੰਦਾ, ਯਾਰ ਤੂੰ ਮਜਨੂੰ ਇਤਨਾ ਪੜ੍ਹੇ ਲਿਖੇ ਹੋ, ਕਿਆ ਕਰ ਰਹੇ ਹੋ ਯਾਰ, ਕੁੱਤੇ ਕੇ ਪਾਓ? ਇਹ ਤਾਂ ਹਾਂ ਯਾਰ, ਤੁਹਾਨੂੰ ਨਹੀਂ ਪਤਾ, ਯੇ ਇਸਕੀ ਜੋ ਸ਼ਕਲ ਹੈ ਨਾ, ਉਹ ਜੋ ਲੈਲਾ ਕੀ ਗਲੀ ਮੇ ਕੁੱਤਾ ਰਹਿਤਾ ਨਾ, ਉਸਸੇ ਮਿਲ ਰਹੀ ਥੀ, ਮੈਂ ਇਸ ਲਈ ਚੁੰਮ ਰਿਹਾ ਥਾ। ਉਹਨੇ ਕਿੱਥੋਂ ਕੱਢੇ ਬੰਦਾ, ਜਿਹੜੀ ਮੁਹੱਬਤ ਵੜ ਗਈ, ਕੈਸੀ ਮੁਹੱਬਤ ਸੀ, ਕੈਸੀ ਮੁਹੱਬਤ ਸੀ। ਵਕਤ ਦਾ ਬਾਦਸ਼ਾਹ ਆਖਦਾ, ਲੈਲਾ ਨੂੰ ਲਿਆਓ, ਆ ਦੇਖੀਏ ਕੀ ਉਹਦਾ ਹੁਸਨ ਹੈ, ਉਹਦਾ ਐਡੀ ਸ਼ੋਹਰ ਹੈ। ਇਸ ਲਈ ਲਿਆਉਂਦਾ ਤਾਂ ਵਿਚਾਰੀ ਪੱਕਾ ਰੰਗ ਉਹਦਾ, ਕਾਲਾ ਰੰਗ ਉਹਦਾ। ਦਰਬਾਰ 'ਚ ਤਾਂ ਬਾਦਸ਼ਾਹ ਬੜਾ ਹੱਸਿਆ, ਆਖਣ ਲੱਗਾ ਕਿ ਲੈਲਾ ਤੇਰੀ ਤਾਂ ਬੜਾ ਮਸ਼ਹੂਰ ਸੀ, ਸ਼ੋਹਰਾ ਸੀ, ਬੜੇ ਤੇਰੇ ਹੁਸਨ ਦਾ, ਤੇਰਾ ਤੇ ਰੰਗ ਹੀ ਅੱਲਾ ਦੀ ਸ਼ੋਹਰਤ ਹੈ, ਹਬਸ਼ੇ ਦੇ ਇਲਾਕੇ ਦੀ ਲੱਗਣੀ ਹੈ ਤੂੰ, ਤੇਰਾ ਤੇ ਉਹ। ਜਿਸ ਵੇਲੇ ਇੰਨੀ ਗੱਲ ਕੀਤੀ ਤੇ ਲੈਲਾ ਕਹਿੰਦੀ ਹੈ, ਤੇ ਬਾਦਸ਼ਾਹ ਤੇਰੀ ਵੀ ਅੱਖ ਮਜਨੂੰ ਵਾਲੀ ਤਾਂ ਨਹੀਂ ਨਾ,
ਬਾਦਸ਼ਾਹ ਬੜਾ ਸ਼ਰਮਸਾਰ ਹੋਇਆ, ਬੜਾ ਇਨਾਮੋ ਕਰਾਮ ਨਾਲ ਨਵਾਜ਼ਿਆ ਉਹਨੇ। ਮਤਲਬ ਉਹ ਵੀ ਬਹੁਤ ਪੜ੍ਹੀ ਲਿਖੀ ਸੀ, ਲੇਕਿਨ ਉਹ ਕੋਈ ਅਜੀਬ ਦਾ ਮਾਮਲਾ ਸੀ, ਕੋਈ ਉਹਦੇ ਪਿੰਡ ਜਾਣ ਵਾਲਾ ਰਸਤੇ 'ਚ ਲੱਭ ਗਿਆ, ਉਹਦੀ ਖਿਦਮਤ ਕਰਦਾ ਗਿਆ। 100 ਕੋਹ ਦੇ ਉੱਤੇ ਪਿੰਡ ਸੀ ਉਹਦਾ, ਉਹਦੀ ਖਿਦਮਤ ਕਰਦਾ ਗਿਆ, ਖਿਦਮਤ ਕਰਦਿਆਂ ਕਰਦਿਆਂ ਹੱਦ ਤੱਕ ਉਹਦਾ ਪਿੰਡ ਆ ਗਿਆ। ਅਤੇ ਉਹ ਬੰਦਾ ਕਹਿਣ ਲੱਗਾ, ਜੀ ਹੁਣ ਤੁਸੀਂ ਆਪੋ ਹੀ ਚਲੇ ਜਾਓ। ਕਹਿਣ ਲੱਗੇ ਉਹ ਸੁਣ ਕੇ ਨੱਸ ਗਿਆ ਫਿਰ ਪਿੱਛੇ। ਯਾਨੀ ਉਹ ਜਿਹੜੀ ਮੁਹੱਬਤ ਹੈ, ਅੱਲਾਹ ਤਾਲਾ ਨੇ ਫਿਰ ਆਪਣੀ ਮੁਹੱਬਤ ਦਿੱਤਾ ਫਿਰ। ਮਜਨੂੰ ਲੈਲਾ ਦਾ ਨਾਂ ਸੁਣ ਕੇ ਵੀ ਮਸਤ ਹੋ ਕੇ ਡਿੱਗ ਗਿਆ ਹੈ, ਖੁਸ਼ੀ ਦੇ ਵਿੱਚ ਬੇਹੋਸ਼ ਹੋ ਗਿਆ, ਗਿਰ ਗਿਆ, ਆਪਣਾ ਆਪ ਹੀ ਨਹੀਂ ਸੰਭਾਲ ਸਕਿਆ। ਅਤੇ ਗੱਲ ਹੋ ਰਹੀ ਸੀ ਮੁਹੱਬਤ ਦੀ, ਠੀਕ ਹੈ ਨਾ, ਕਿ ਹਰ ਦਿਲ ਦੇ ਵਿੱਚ ਅੱਲਾਹ ਤਾਲਾ ਦੀ ਮੁਹੱਬਤ ਕਿਹੜਾ ਕਿਹੜਾ ਦਿਲ ਹੈ ਕਿ ਜਿਹਦੇ ਦਿਲ ਦੇ ਵਿੱਚ ਇਹ ਖੁਆਇਸ਼ ਨਾ ਹੋਵੇ ਕਿ ਅਸੀਂ ਅੱਲਾਹ ਦਾ ਬਣ ਜਾਈਏ, ਅੱਲਾਹ ਸਾਨੂੰ ਆਪਣਾ ਬਣਾ ਲਵੇ। ਅਤੇ ਇੱਕ ਤਾਂ ਬਣਨ ਦਾ ਬੜਾ ਸ਼ੌਕ ਹੈ, ਅੱਲਾਹ ਸਾਨੂੰ ਆਪਣਾ ਬਣਾ ਲਵੇ, ਅਤੇ ਦੂਸਰਾ ਸਾਡਾ ਮੁਹੱਬਤ ਕਰਨ ਨੂੰ ਬੜਾ ਜੀ ਕਰਦਾ, ਪਰ ਲੱਭੇ ਤਾਂ ਫਿਰ ਹੈ ਨਾ, ਕੋਈ ਥਾਂ ਟਿਕਾਣੇ ਦਾ ਨਹੀਂ ਪਤਾ, ਉਹਦੇ ਦਿਲ 'ਚ ਬੜਾ। ਬਸ ਦਫ਼ਾ ਅਸੀਂ ਸੋਚਦੇ ਹਾਂ, ਗੱਲ ਕਰਨੀ ਆ, ਦੁਆ ਮੰਗਣੀ ਆ, ਯਾ ਅੱਲਾ, ਅੱਲਾ ਦਾ ਤਸੱਵਰ ਬਣਾਉਂਦੇ ਹਾਂ, ਉਹ ਮਨਾ ਤਸੱਵਰ ਨਹੀਂ ਕਰ ਸਕਦੇ ਅੱਲਾ ਦਾ, ਕਿਉਂਕਿ ਅੱਲਾ ਲਾ ਮਹਿਦੂਦ ਹੈ। ਤਸੱਵਰ ਅਸੀਂ ਜ਼ਿਹਨ 'ਚ ਬਣਾਵਾਂਗੇ, ਅੱਲਾ ਇੰਝ ਦਾ ਹੋਏਗਾ, ਕੋ ਮੂੰਹ ਹੱਥ ਪੈਰ ਕਰਨਾ ਹੀ ਨਹੀਂ, ਉਹ ਗੁਨਾਹ ਹੈ, ਤਸੱਵਰ ਨਹੀਂ ਕਰ ਸਕਦੇ ਅੱਲਾ ਦਾ। ਕੀ ਆਖਿਆ ਮੈਂ? ਅਤੇ ਜਿਹਦਾ ਤੁਸੀਂ ਤਸੱਵਰ ਨਹੀਂ ਕਰ ਸਕਦੇ, ਜਿਹਦਾ ਤਸੱਵਰ ਨਹੀਂ ਕਰ ਸਕਦੇ, ਤੁਸੀਂ ਉਹਦੇ ਨਾਲ ਮੁਹੱਬਤ ਕਿਵੇਂ ਕਰ ਸਕਦੇ ਹੋ? ਹਫ਼ ਸਾਹਿਬ ਕਿੱਥੇ ਚਲੇ ਗਏ? ਹਫ਼ ਮੁਹੰਮਦ ਯਾਰ ਜਾਗਦੇ ਤਾਂ ਸੌਂ ਗਏ। ਅੱਛਾ, ਮੈਂ ਕਿਹਾ ਇਹਨਾਂ ਦੀ ਅੱਖ ਲੱਗ ਜਾਂਦੀ ਹੁੰਦੀ ਕਿਤੇ ਕਿਤੇ, ਪਰ ਲੱਗਣ ਵਾਲਿਆਂ ਦੀ ਲੱਗਦੀ ਹੈ ਨਾ। ਹੁਣ ਦੱਸੋ ਵੀ ਫਟਾਫਟ ਦੱਸੀ, ਚਲੋ ਜੀ ਕਰਦਾ ਅੱਲਾ ਨਾਲ ਮੁਹੱਬਤ ਕਰਨ ਨੂੰ? ਦੱਸੋ ਨਾ, ਇਕੱਠੇ ਰਲ ਕੇ ਬੋਲ ਕੇ ਦੱਸੋ, ਜੀ ਕਰਦਾ? ਅਤੇ ਇਹ ਇਹ ਹਰ ਦਿਲ ਦੇ ਵਿੱਚ ਤੜਪ ਹੈ ਕਿ ਅੱਲਾ ਸਾਨੂੰ ਆਪਣਾ ਬਣਾ ਲਵੇ। ਅੱਲਾ ਨੇ ਕੁਰਾਨ ਫਰਮਾਇਆ ਕਿ ਵਸਬਿਰ ਨਫਸਕਾ ਮਾ ਅਲਜ਼ੀਨਾ ਯਦਉਨ ਰਬਹੁਮ ਬਿਲਗਦਾਤ ਵਲਅਸ਼ੀ ਯੂਰੀਦੂਨ ਵਜਹਾ ਵਲਾ ਤਅਦੂ ਅਯਨਾ ਕਨਹੁਮ ਤੁਰੀਦ ਜ਼ੀਨਤੁਲ ਹਯਾਤ ਦੁਨੀਆ। ਸਵਾਲ ਕੀਤਾ ਕੁਝ ਲੋਕਾਂ ਨੇ, ਯਾ ਅੱਲਾ ਸਾਨੂੰ ਵੀ ਆਪਣਾ ਬਣਾ ਲਿਆ, ਅਸੀਂ ਤੇਰਾ ਬਣਨਾ ਚਾਹੁੰਦੇ ਹਾਂ। ਅਤੇ ਅੱਲਾ ਨੇ ਫਰਮਾਇਆ, ਅੱਜ ਬੜੀ ਅੱਛੀ ਗੱਲ ਹੈ, ਲਾਗੇ ਹੋ ਜਾਓ, ਬਹਿ ਜਾਓ ਇਕੱਠੇ ਹੋ ਕੇ ਸਾਰੇ, ਬਹਿ ਗਏ। ਹਾਂ ਬਈ ਗੱਲ ਕਰੋ, ਯਾ ਅੱਲਾ ਆਪਣਾ ਬਣਾ ਲਿਆ। ਫਰਮਾਇਆ ਸੁਣੋ ਫਿਰ, ਬਸ ਫਿਰ ਨਫਸਕਾ ਮਾ ਅਲਜ਼ੀਨਾ ਯਦਉਨ ਰਬਹੁਮ ਬਿਲਗਦਾਤ ਵਲਅਸ਼ੀ, ਫਰਮਾਇਆ ਜੋ ਮੁਝ ਸੇ ਜੁੜੇ ਹੋਏ ਹਨ ਉਨ ਸੇ ਜੁੜ ਜਾਓ। ਇਹਦਾ ਕੀ ਮਤਲਬ ਹੈ? ਮੰਗੀ ਤੇ ਤੋਹੀਦ, ਮੰਗੀ ਤੇ ਅੱਲਾ ਦੀ ਮੁਹੱਬਤ, ਤੇ ਅੱਲਾ ਨੇ ਹੋਰ ਪਾਸੇ ਤੋਰ ਛੱਡਿਆ, ਹੋਰ ਰਾਏ ਪਾਤਾ ਨਾ, ਹੋਰ ਪਿੰਡ ਵੱਲ ਭੇਜਤਾ। ਹਾਂਜੀ, ਫਰਮਾਇਆ ਅੱਲਾ ਤਾਲਾ ਨੇ, ਵੋ ਜੋ ਮੁਝ ਸੇ ਜੁੜੇ ਹੋਏ ਹਨ ਉਨ ਸੇ ਜੁੜ ਜਾਓ। ਹੁਣ ਬੰਦਾ ਕਹਿੰਦਾ ਪਿਆ ਕਿ ਡਾਇਰੈਕਟ ਅੱਲਾ ਨੂੰ, ਅੱਲਾ ਫਰਮਾ ਰਿਹਾ ਕਿ ਉਹਦੇ ਨਾਲ ਜੁੜ ਜਾ ਜਿਹੜਾ ਮੇਰੇ ਨਾਲ ਜੁੜਿਆ ਪਹਿਲੇ ਦਿਨ, ਉਹਦੇ ਨਾਲ ਜੁੜ ਜਾ ਕੇ। ਹੁਣ ਅੱਲਾ ਦੀ ਗੱਲ ਠੀਕ ਹੈ ਜਾਂ ਉਹ ਮੌਲਵੀ ਦੀ ਗੱਲ ਠੀਕ ਹੈ? ਉਸਦੀ ਜਿਹੜਾ ਕਹਿ ਰਿਹਾ, ਨਹੀਂ ਜੀ ਸਾਰੇ ਛੱਡ ਦਿਓ ਅੱਲਾ ਨੂੰ, ਡਾਇਰੈਕਟ ਮੈਨੂੰ ਦੱਸ ਦੇਵੇ ਅੱਲਾ ਆ ਕਿੱਥੇ। ਸਾਡਾ ਵੀ ਜੀ ਕਰਦਾ, ਸਿਹਾਬਾ ਕਰਾਮ ਦਾ ਜੀ ਕਰਦਾ ਸੀ, ਹਜ਼ਰਤ ਅਬੂ ਬਕਰ ਸਦੀਕ ਰਜ਼ੀਅੱਲਾਹੁ ਤਾਲਾ ਅਨਹੁ, ਸਿਹਾਬਾ ਇਕੱਠੇ ਹੋ ਕੇ ਨਬੀ ਪਾਕ ਦੇ ਸਿਹਾਬਾ ਕਰਾਮ ਗਏ, ਯਾ ਰਸੂਲ ਅੱਲਾ ਤੁਸੀਂ ਜਿਸ ਅੱਲਾ ਦੀ ਸ਼ਾਨਾ ਦੱਸਦੇ ਹੋ ਉਹਦਾ ਕੋਈ ਥਾਂ ਪਤਾ, ਕੋਈ ਉਹਦੀ ਸੂਰਤ, ਕੋਈ ਸਾਨੂੰ ਵੀ ਦੱਸੋ, ਸਾਡਾ ਜੀ ਕਰਦਾ ਉਹਦੇ ਨਾਲ ਮੁਹੱਬਤ ਕਰੀਏ। ਅਤੇ ਸਰਕਾਰ ਨਾਲੋਂ ਵੱਧ ਰੱਬ ਵਾਲਾ ਤਾਂ ਨਹੀਂ ਨਾ ਕੋਈ ਹੋ ਸਕਦਾ। ਆਪਨੇ ਫਰਮਾਇਆ, ਸੁਣ ਲਓ ਫਿਰ ਸਿਹਾਬਾ, ਕੋਈ ਲੰਮੀ ਚੌੜੀ ਗੱਲ ਨਹੀਂ ਕੀਤੀ ਅੱਲਾ ਨਾਲ ਮੁਹੱਬਤ ਦੀ। ਫਰਮਾਇਆ, ਵੇਖੀ ਮੈਨੂੰ ਜਾਓ ਅਤੇ ਮੰਨੀ ਉਹਨੂੰ ਜਾਓ। ਹੁਣ ਇਹਦਾ ਮਤਲਬ ਹੁਣ ਤੁਸੀਂ ਅੱਗੋਂ ਦੱਸ ਦਿਓ ਕੀ ਹੈ?
ਕੀ ਫਰਮਾਇਆ? ਤੇ ਮੰਨੀ ਉਹਨੂੰ ਜਾਓ। 1500 ਸਾਲ ਹੋ ਗਏ ਨੇ ਵੇਖਿਆ ਸਰਕਾਰ ਨੂੰ ਹੀ ਹੈ ਅਤੇ ਮੰਨਿਆ ਉਹਨੂੰ ਹੈ। ਜੇ ਕਿਸੇ ਨੇ ਵੇਖਿਆ ਅੱਲਾ ਨੂੰ ਤਾਂ ਦੱਸ ਦੇਵੇ ਆ ਕੇ। ਗੱਲਾਂ ਬੜੀਆਂ ਕਰਦੇ ਨੇ ਸਾਰੇ, ਕਿਉਂ ਜੀ? ਵੇਖੀ ਮੈਨੂੰ ਜਾਓ ਅਤੇ ਮੰਨੀ। ਇਹ ਤਾਂ ਹਜ਼ੂਰ ਦਾ ਫਰਮਾਨ ਹੈ, ਅੱਲਾ ਦਾ ਫਰਮਾਨ ਕੁਰਾਨ 'ਚ ਹੈ ਕਿ ਜੋ ਮੁਝ ਸੇ ਜੁੜੇ ਹੋਏ ਹਨ ਉਨ ਸੇ ਜੁੜ ਜਾਓ। ਇਹ ਵਲਾਇਤ ਦੀ ਗੱਲ ਕਰ ਛੱਡੀ ਨਾ, ਜੋ ਮੁਝ ਸੇ ਜੁੜੇ ਹੋਏ ਹੈ ਉਨ ਸੇ ਜੁੜ ਜਾਓ। ਫਰਮਾਇਆ ਅੱਲਦੀਨਾ ਯਦਊਨਾ ਰੱਬਹੁਮ ਬਿਲਗਦਾ ਤੇ ਵੋ ਸੁਬਹ ਸ਼ਾਮ ਮੇਰੀ ਯਾਦ ਵਿੱਚ ਰਹਿੰਦੇ ਹੈ। ਹੁਣ ਅਸੀਂ ਹਜ਼ੂਰ ਆਫਤ ਜੀ ਸਾਹਿਬ ਨੂੰ, ਮੈਂ ਇੱਕ ਦਫ਼ਾ ਲੇਟੇ ਸਨ, ਸੁੱਤੇ ਸਨ, ਘਰਾੜੇ ਵੱਜ ਰਹੇ ਸਨ ਅਤੇ ਭੁੰਜੇ ਲੇਟੇ ਸਨ ਕਾਲੀਨ ਦੇ ਉੱਤੇ, ਸਰਾਣਾ ਵੀ ਕੋਈ ਨਹੀਂ ਸੀ ਅਤੇ ਬਾਂਹ ਜੀ ਖੜੀ ਸੀ ਅਤੇ ਤਸਬੀਹ ਹੱਥ ਵਿੱਚ ਸੀ। ਘਰਾੜੇ ਵੀ ਬੜੀ ਤੇਜ਼ ਚੱਲ ਰਹੇ ਸਨ ਅਤੇ ਤਸਬੀਹ ਵੀ ਚੱਲੀ ਜਾ ਰਹੀ ਸੀ। ਠੀਕ ਹੈ, ਮਤਲਬ ਉਹ ਮੈਂ ਮੌਲਾਨਾ ਅਸਗਰ ਸਾਹਿਬ ਤੋਂ ਹੋਰ ਮੈਂ ਕਿਹਾ ਉਹ ਤੁਹਾਨੂੰ ਤਮਾਸ਼ਾ ਦੱਸੀ ਹੈ। ਔਰ ਮਗਰਬ ਦੀ ਅਜ਼ਾਨ ਹੋ ਚੁੱਕੀ ਸੀ, ਮੇਰੇ ਜ਼ਿਹਨ 'ਚ ਆਇਆ ਕਿ ਚੁੱਕੇ ਘਰਾੜੇ ਵੀ ਵੱਜ ਰਹੇ ਨੇ ਲੇਕਿਨ ਤਸਬੀਹ ਚੱਲਣ ਤੋਂ ਲੱਗ ਰਿਹਾ ਸੀ ਬਈ ਕੋਈ ਸਮਝ ਨਹੀਂ ਆ ਰਹੀ ਅਤੇ ਅਜ਼ਾਨ ਵੀ ਮਗਰਬ ਦੀ ਹੋ ਚੁੱਕੀ। ਮੈਂ ਕਿਹਾ ਅਗਰ ਜਾਗਦੇ ਹੁੰਦੇ ਤਾਂ ਉਹਨਾਂ ਨੇ ਨਮਾਜ਼ ਦਾ ਉੱਠ ਕੇ ਬਹਿਣਾ ਸੀ, ਮਗਰਬ ਦੀ ਨਮਾਜ਼ ਸੀ ਸ਼ਾਮ ਦੀ, ਲੇਕਿਨ ਮੈਂ ਨਾ ਦੋਜ਼ਾਨੂ ਬੈਠ ਗਿਆ ਬੜਾ ਹੀ ਕਰੀਬ, ਮੈਂ ਮੂੰਹ ਨਾਲ ਮੂੰਹ ਜੋੜ ਦਿੱਤਾ। ਜਿਸ ਵਕਤ ਕਰੀਬ ਕਰ ਲਿਆ ਇਸ ਤਰ੍ਹਾਂ ਤਾਂ ਫੌਰੀ ਅੱਖ ਖੋਲ ਕੇ ਨਾ ਕਿਹਾ ਕੀ ਗੱਲ ਹੈ ਬਈ, ਮੈਂ ਜਾਗਣਾ ਪਿਆ। ਔਰ ਆਪਣਾ ਟੋਪੀ ਵੀ ਉਤਰੀ ਸੀ ਦੁਆ ਵਜੇ ਅਤੇ ਟੋਪੀ ਪਾ ਕੇ ਅਤੇ ਨਮਾਜ਼ ਸ਼ੁਰੂ ਕਰ ਦਿੱਤੀ। ਇਹਦਾ ਮਤਲਬ ਇਹ ਹੈ ਕਿ ਸੁੱਤਿਆਂ ਸਵਾਏ ਨਬੀ ਦੀ ਜ਼ਾਤ ਦੇ ਵਜ਼ੂ ਨਹੀਂ ਰਹਿੰਦਾ ਕਿਸੇ ਦਾ, ਅਗਰ ਕੋਈ ਅੱਖ ਲੱਗ ਗਈ। ਲੇਕਿਨ ਇਹ ਕਿਆ ਕਮਾਲ ਹੈ ਕਿ ਸਰਕਾਰ ਦੁਆਲਮ ਸੱਲਲਾਹੁ ਅਲੈਹਿ ਵਸੱਲਮ ਦੀ ਨਿਗਾਹ ਹੈ, ਵੇਖਣ ਵਾਲੇ ਨੂੰ ਸੁੱਤਾ ਵੀ ਲੱਗ ਰਿਹਾ ਹੈ, ਜਾਗਦਾ ਵੀ ਲੱਗ ਰਿਹਾ ਹੈ। ਅਤੇ ਦਰਵੇਸ਼ ਦਾ ਨਾਰਾ ਵੀ ਇਹ ਸੀ, ਸੁਣਿਆ ਨਾ ਫਰਮਾਣਾ ਮੀਆਂ, ਜੋ ਦਮ ਗਾਫਲ ਸੋ ਦਮ ਕਾਫਲ, ਇੱਕ ਸਾਹ ਅੱਲਾ ਦੇ ਨਾਂ ਤੋਂ ਖਾਲੀ ਨਾ ਜਾਵੇ। ਉਹ ਸੁੱਤਿਆਂ ਵੀ ਇਸ ਚੀਜ਼ ਦੇ ਉੱਤੇ ਡਿਊਟੀ ਦੇਣੀ ਕਰਨੀ। ਕਹਿੰਦੇ ਨੇ ਸੁੱਤਾ ਮੋਇਆ ਅਤੇ ਕੀ ਕਹਿੰਦੇ ਹੁੰਦੇ ਨੇ, ਸੁੱਤਾ ਅਤੇ ਮੋਇਆ ਇੱਕ ਬਰਾਬਰ ਹਾਂ। ਹਾਂਜੀ, ਗੱਲ ਸਮਝ ਆਈ ਜੇ? ਅਤੇ ਮੌਲਵੀ ਪਤਾ ਨਹੀਂ ਕੀ ਕੀ ਮਿਸਾਲਾਂ ਦਿੰਦੇ ਫਿਰਦੇ ਨੇ। ਮੈਂ ਤੁਹਾਨੂੰ ਖਿਤਾਬ ਮੈਂ ਹੁਣ ਸ਼ੁਰੂ ਕਰਨ ਲੱਗਾ ਔਰ ਮੁਖਤਸਰ ਜਿਹਾ 2 ਮਿੰਟ ਦਾ ਕੀ ਭਲਾ ਖਿਤਾਬ ਕਿੰਨਾ ਹੋਇਆ ਹੁਣ ਸ਼ੁਰੂ ਹੋਏਗਾ। ਹੁਣ ਤੁਹਾਨੂੰ ਸਮਝ ਆਈ ਅੱਲਾ ਦੀ ਮੁਹੱਬਤ ਕਿੰਜ ਦੀ ਹੈ? ਤੁਸੀਂ ਇੰਜ ਕਰੋਗੇ ਨਾ ਉਹ ਖਰਾਬ ਹੋ ਜਾਏਗਾ, ਕੰਮ ਗੁਨਾਹ ਹੋ ਜਾਏਗਾ। ਸਰਕਾਰ ਹੀ ਨੇ ਬਸ ਮੁਹੱਬਤ ਦਾ ਮਰਕਜ਼ ਹੀ ਉਹਨੇ, ਵੇਖੀ ਮੈਨੂੰ ਜਾਓ ਅਤੇ ਮੰਨੀ ਉਹਨੂੰ ਜਾਓ। ਬਈ ਗੱਲ ਸਮਝ ਆ ਗਈ ਜੇ ਨਾ, ਸਿਰਫ ਇੰਨੀ ਗੱਲ। ਜੇ ਤੁਸੀਂ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਕੀਤੀ ਨਾ ਤਾਂ ਕੰਮ ਖਰਾਬ ਜੇ। ਮੈਂ ਤੁਸੀਂ ਆਖੋ ਅਸੀਂ ਅੱਲਾ ਨੂੰ ਲੱਭ ਲਈ, ਅਸੀਂ ਅੱਲਾ ਨੇ ਬਹੁਤ ਹੀ ਮੁਹੱਬਤ ਪਾ ਲਈ ਨਾ। ਸਰਕਾਰ ਮੱਕੇ ਦੀ ਗਲੀਆਂ 'ਚ ਚੱਲੇ, ਪਹਿਲੇ ਕਸਮਾਂ ਨਹੀਂ ਖਾਧੀਆਂ ਅਤੇ ਜਦੋਂ ਮੇਰੇ ਆਕਾ ਨੇ ਕਦਮ ਰੱਖ ਦਿੱਤਾ ਉਹ ਜ਼ਮੀਨ ਉੱਤੇ, ਮੱਕੇ ਉੱਤੇ, ਘਰ ਵੀ ਰੱਬ ਦਾ ਉੱਥੇ ਹੈ, ਹਾਜ਼ਰੀ ਅਸਲ ਵੀ ਉੱਥੇ ਆ, ਕਸਮ ਨਹੀਂ ਖਾਧੀ। ਆਖਿਆ ਸੋਹਣਿਆ ਜਦੋਂ ਤੂੰ ਪੈਰ ਲਾਤੇ ਨੇ ਨਾ ਮਿੱਟੀ ਉੱਤੇ, ਉਸ ਉੱਤੇ ਮੈਂ ਉਹਦੀ ਕਸਮਾਂ ਖਾਂਦਾ। ਮੈਂ ਹੋਰ ਕੀ ਚਾਹੁੰਦੇ ਪਿਓ ਤੁਸੀਂ, ਕੀ ਅਜ਼ਮਤ ਬਣ ਕੇ, ਕੀ ਅਜ਼ਮਤ ਹੋ ਸਕਦੀ ਸਰਕਾਰ ਦੀ ਦੱਸੋ? ਜੇ ਨਹੀਂ ਸਮਝ ਆਉਂਦੀ ਤਾਂ ਖਿਤਾਬ ਤੁਹਾਨੂੰ ਮੈਂ ਨਾ 2 ਮਿੰਟ ਦਾ ਦੱਸਣਾ। ਜੰਗ ਹੋ ਰਹੀ ਸੀ, ਜੰਗ ਕੀ ਭਲਾ, ਲੜਾਈ ਹੁੰਦੀ ਸੀ। ਨਵੇਂ ਨਵੇਂ ਲੋਕ ਮੁਸਲਮਾਨ ਹੋਏ ਸਨ, ਅਲਾ ਉਦੋਂ ਨਵਾਂ ਨਵਾਂ ਮੱਕਾ ਵੀ ਫਤਿਹ ਹੋਇਆ ਸੀ। ਠੀਕ ਹੈ, ਅਤੇ ਉਹ ਜਿਹੜੇ ਨਵੇਂ ਨਵੇਂ ਬੜੇ ਲੋਕ ਹੋਏ ਸਨ ਵਿੱਚ, ਨਾਲੇ ਹਾਲੀ ਕੋਈ ਐਡਾ ਪਤਾ ਨਹੀਂ ਸੀ। ਉਹ ਜਦੋਂ ਉਹਨਾਂ ਲੋਕਾਂ ਨਾਲ ਜੰਗ ਛਿੜੀ ਕੁਛ ਵਕਤੇ ਵਾਗ ਜੰਗ, ਕਿਉਂ ਜੀ? ਹਾਂਜੀ, ਦੇਖੋ ਮੁਫਤੀ ਸਾਹਿਬ ਨੂੰ ਪਤਾ, ਅਸੀਂ ਤਾਂ ਇਸੇ ਤਰ੍ਹਾਂ ਹੀ ਹੈ ਨਾ, ਇਹਨਾਂ ਕੋਲ ਨਹੀਂ ਸੁਣ ਸੁਣ ਕੇ ਸਾਨੂੰ ਮਸਲੇ ਨਹੀਂ ਬਹੁਤੇ ਆਉਂਦੇ। ਅਤੇ ਹੁਣ ਮਸਲਾ ਮੈਂ ਤੁਹਾਨੂੰ ਦੱਸਣ ਲੱਗਾ, ਖਿਤਾਬ ਸਿਰਫ 2 ਮਿੰਟ ਦਾ, ਠੀਕ ਹੈ ਨਾ? ਪਹਿਲੇ ਤਿਆਰੀ ਕੀਤੀ ਹੈ ਅਤੇ ਖਿਤਾਬ ਹੁਣ ਹੋਏਗਾ, ਅਤੇ ਗੱਲ ਭੁੱਲਣ ਵਾਲੀ ਨਹੀਂ, ਗੱਲ ਪੱਲੇ ਬੰਨਣ ਵਾਲੀ, ਬਲਕਿ ਲੋਕ ਤਾਂ ਪੱਲਿਆਂ ਨਾਲ ਬੰਨਦੇ ਨੇ, ਇਹਨੂੰ ਦਿਲ ਦੇ ਵਿੱਚ ਘੁੱਟ ਕੇ ਰੱਖ ਦੇਣਾ ਇੱਕ ਗੁੱਠੇ। ਠੀਕ ਹੈ, ਉਹ ਜੰਗ ਜਿਸ ਵਕਤ ਹੋਈ ਅਤੇ ਕਾਫਰ ਜ਼ਰਾ ਤਗੜੇ ਹੋ ਕੇ ਪੈ ਗਏ, ਕਿਉਂਕਿ ਅੱਗੇ ਮਾਰ ਮੂਰ ਖਾਧੀ, ਉਹ ਨਾ ਜ਼ਰਾ ਇਸ ਨੀਅਤ ਨਾਲ ਉਹ ਵਾਕਈ ਕਾਫੀ ਵੱਧ ਗਏ।
ਜਿਹੜੇ ਨਵੇਂ ਨਵੇਂ ਮੁਸਲਮਾਨ ਹੋਏ ਸਨ ਨਸ ਗਏ, ਸਰਕਾਰ ਇਕੱਲੇ ਰਹਿ ਗਏ। ਉਹੀ 15-20 ਗੁਲਾਮ ਜਿਹੜੇ ਵਰਨ ਵਾਲੇ ਸੀ ਆਪਣਾ ਬੋਲ ਆਲੇ ਦੁਆਲੇ ਰਹਿ ਗਏ, ਬਾਕੀ ਸਾਰੇ ਤਾਂ ਕਾਫਰ। ਬੜਾ ਢੇਰ ਸਾਰਾ ਬੜਾ ਤਗੜਾ ਹੋ ਕੇ ਪੈ ਗਿਆ। ਸਿਆਬਾ ਸਰਕਾਰ ਵੱਲ ਵੇਖਦੇ ਪਏ ਨੇ, ਕੁਝ ਨਹੀਂ ਗੱਲ ਵੇਖਿਆ ਹੀ ਸਰਕਾਰ, ਅਸੀਂ ਇੱਧਰ ਆਪਣੀ ਜਾਨਾਂ ਵਾਸਤੇ ਤਿਆਰ ਖੜੇ, ਕੁਰਬਾਨ ਹੋ ਜਾਣਾ ਖੜੇ ਇਸ ਵਾਸਤੇ ਨਹੀਂ। ਅੱਲਾ ਨੇ ਤੂੰ ਅੰਦਾਜ਼ ਵੇਖਿਆ ਨਾ ਇਹਨਾਂ ਦਾ, ਥੋੜ੍ਹੀ ਜਿਹੀ ਜ਼ਾਹਿਰ ਹੈ ਪਰੇਸ਼ਾਨੀ ਤੇ, ਸਰਕਾਰ ਤੇ ਵੈਸੇ ਖੜੇ ਸਨ। ਅੱਲਾ ਨੇ ਫਰਮਾਇਆ, ਸੁਣਿਆ ਇੱਕ ਮੁੱਠ ਭਰ ਲੈ ਕਣਕਰੀਆਂ ਦੀ ਤੇ ਮੇਰੇ ਸਾਹਮਣੇ ਮਾਰ ਦੇ। ਕੀ ਭਲਾ ਕਣਕਰੀਆਂ ਮੇਰੇ ਸਾਹਮਣੇ ਮਾਰ? ਕੀ ਫਰਮਾਇਆ? ਯਾਰ ਬੋਲੋ ਤੇ ਸਹੀ, ਤੁਹਾਨੂੰ ਨੀਂਦ ਤੇ ਨਹੀਂ ਆਈ ਦੀ? ਤੁਹਾਨੂੰ ਕਿਹੜਾ ਸੁਭਾਨ ਅੱਲਾ ਕਹਿਣਾ ਪੈਂਦਾ ਪਿਆ? ਤੁਸੀਂ ਸੁਭਾਨ ਅੱਲਾ ਵੀ ਨਹੀਂ ਕਹਿਣਾ, ਸਿਰਫ ਚੁੱਪ ਕਰਕੇ ਰਹਿਣਾ, ਲੇਕਿਨ ਕਮ ਸੇ ਕਮ ਪਤਾ ਤਾਂ ਲੱਗੇ ਨਾ ਕਿ ਬਈ ਜਾਗਦੇ ਪਏ ਨੇ ਕੋਈ। ਅੱਛਾ, ਉਹ ਕੈਂਕਰੀਆਂ ਅੱਲਾ ਨੇ ਕਿਹਾ ਇਸ ਮੌਕੇ ਉੱਤੇ ਕਿ ਮੇਰੇ ਸਾਹਮਣੇ ਮਾਰ, ਅਤੇ ਹਜ਼ੂਰ ਨੇ ਕੈਂਕਰੀਆਂ ਰੱਬ ਦੇ ਆਖਣ ਉੱਤੇ ਚੁੱਗੀਆਂ ਅਤੇ ਮੁੱਠ ਭਰ ਕੇ ਜਿਹੜੇ ਚਲਾਈ ਨਾ ਸਰਕਾਰ ਨੇ, ਉਹਨਾਂ ਕੈਂਕਰੀਆਂ ਨੂੰ ਅੱਖਾਂ ਲਾਤੀਆਂ ਰੱਬ ਨੇ ਹਜ਼ੂਰ ਦੇ ਹੱਥਾਂ ਦੇ ਨਾਲ ਲੱਗਣ ਦੀ ਬਰਕਤ ਦੇ ਨਾਲ। ਉਹਨਾਂ 'ਚ ਐਸੀ ਬਰਕਤ ਪੈਦਾ ਹੋਈ ਕਿ ਕੈਂਕਰੀ ਨੂੰ ਅੱਖ ਲੱਗੀ ਅਤੇ ਲੱਭ ਕੇ ਚੜ੍ਹ ਕੇ ਵੱਜਦੀ ਪਈ ਸੀ ਜਾ ਕੇ, ਸਮਝ ਆਈ ਨਾ? ਲੱਭ ਕੇ ਅੱਜ ਵੱਜਣੀ ਸਿਰੀ ਉਡਾ ਦੇਣੀ, ਜਿਹਦੇ ਸਿਰ 'ਚ ਵੱਜਣੀ ਨਾ ਹਜੀ ਲੈ ਗਿਆ ਸਿਰ, ਉਹ ਕੈਂਕਰੀ ਛੋਟੀ ਜਿਹੀ ਕੈਂਕਰੀ ਹੱਥਾਂ 'ਚੋਂ ਨਿਕਲੀ, ਉਹ ਸਿਰ ਕਲਮ ਕਰਦੀ ਪਈ ਸੀ, ਸਿਰ ਨਜ਼ਰ ਹੀ ਨਹੀਂ ਸੀ ਆਉਂਦਾ ਪਿਆ। ਉਹ ਕੈਂਕਰੀ ਨੇ ਵੱਜਣਾ ਹੈ ਜਿਵੇਂ ਕੁਝ ਉਹਦੀਆਂ ਉਹ ਕੀ ਇਹਨੂੰ ਕਹਿੰਦੇ ਨੇ ਉਹ ਜਿਹੜੀ ਯੂਰੇਨੀਅਮ ਦੀ ਕੈਂਕਰੀ ਹੈ, ਉਹ ਇੰਝ ਸੀ ਜਿਵੇਂ ਕੈਂਕਰੀ ਯੂਰੇਨੀਅਮ ਦੀ ਬਣ ਗਈ ਹੈ, ਕਿਉਂਕਿ ਕੰਮ ਹੀ ਉਹਦਾ ਸੀ। ਹੁਣ ਇੱਕ ਐਟਮ ਵੱਜੇ ਨਾ ਛੋਟਾ ਜਿਹਾ ਹੀ ਹੁੰਦਾ, ਤਬਾਹੀਆਂ ਮਚਾ ਦਿੰਦਾ। ਉਹ ਕੈਂਕਰੀ ਜਿਹਦੇ ਸਿਰ ਨੂੰ ਟਕਰਾਉਂਦੀ ਸੀ ਨਾ, ਸਿਰ ਨਜ਼ਰ ਨਹੀਂ ਸੀ ਆਉਂਦਾ, ਪਤਾ ਨਹੀਂ ਉੱਥੋਂ ਅਰੇ 1000 ਮੀਲ ਜਾ ਕੇ ਸੁੱਟਦੀ ਸੀ ਸਿਰ, 200 ਮੀਲ ਤੇ ਜਾ ਕੇ ਪਿਆ ਸਿਰ। ਉਹਨਾਂ ਕਿਹਾ ਇਹ ਕਿਹੜੀ ਸ਼ੈ ਪੈ ਗਈ ਸਾਨੂੰ ਜਿਹਦੀਆਂ ਜਿਹਦੀਆਂ ਸਿਰੀਆਂ ਜਾ ਰਹੀਆਂ ਸਨ ਨਾ ਸਾਹਮਣੇ ਉੱਡਦੀਆਂ, ਉਹ ਤੇ ਫਿਰ ਲੱਭਾ ਹੀ ਕੋਈ ਨਹੀਂ ਨਾ, ਉਹ ਤੇ ਨਸਣ ਦੀ ਕੀਤੀ ਆ ਉਹਨਾਂ ਨੇ, ਨਸ ਭੱਜ ਗਏ। ਉਹਨਾਂ ਕਹਿ ਬਚੋ ਇਹ ਸਿਰੀਆਂ ਲੱਭ ਹੀ ਨਹੀਂ ਰਹੀਆਂ, ਜਾ ਕੇ ਇੱਧਰ ਨੂੰ ਬਹਿ ਜਾਂਦੇ ਤੇ ਜਾ ਜ਼ਰਾ ਸਪੀਡ ਨਾਲ ਹੀ ਜਾ ਰਹੀਆਂ, ਬੜੇ ਆਰਾਮ ਨਾਲ ਜਾ ਰਹੀਆਂ ਸੀ ਸਿਰੀਆਂ। ਉਹ ਕੈਂਕਰੀ ਉਹਨੂੰ ਅੱਗੇ ਪਿੱਛੇ ਨਹੀਂ ਸੀ ਹੋਣੀ, ਮਤਲਬ ਹਾਂ ਉਹ ਕੈਂਕਰੀ ਉਹਦੀ ਪੂਰੀ ਰਾਖੀ ਕਰਕੇ ਉਹਨੂੰ ਫਿਰ ਤੋੜ ਜਾਣਾ ਪਹੁੰਚਾ ਕੇ ਆਉਣਾ, ਅਤੇ ਉਹ ਐਸਾ ਫਿਰ ਉਹਨੂੰ ਉਹ ਕਰਾਉਣਾ ਨਾ, ਹਾਂਜੀ ਸ਼ਾਟ ਮਾਰਨੀ ਉਹਨੇ, ਉਹ 'ਚ ਇੰਨੀ ਪਾਵਰ ਸੀ ਉਹਦੀ, ਸ਼ਾਟ ਨਾਲ ਉਹ ਸਿਰੀ ਖਲੋਂਦੀ ਨਹੀਂ ਸੀ, 100-200 ਮੀਲ 500 ਮੀਲ ਜਾ ਕੇ ਸਿਰੀ ਖਲੀ, ਅਤੇ ਉਹ ਕੈਂਕਰੀ ਫਿਰ ਵਾਪਸ ਆਉਂਦੀ ਸੀ। ਫਿਰ ਮਤਲਬ ਦੇਖੋ ਮੋਟਰ 'ਚ ਕਿੰਨੀਆਂ ਕੈਂਕਰੀਆਂ ਆਉਂਦੀਆਂ, ਲੇਕਿਨ ਉਹਨਾਂ ਕੈਂਕਰੀਆਂ ਨੇ ਇੰਝ ਸੀ ਕਿ ਪਤਾ ਨਹੀਂ ਇਹ ਕਿਹੜੀ ਫੌਜ ਆ ਗਈ ਹੈ, ਕੋਈ ਸਮਝ ਨਹੀਂ ਆਉਂਦੀ, ਐਡੀ ਦੁਨੀਆ ਨੂੰ ਪੁੱਟ ਕੇ ਰੱਖ ਲਿਆ ਇੱਕ ਮੋਟ ਕੈਂਕਰੀਆਂ। ਠੀਕ ਹੈ, ਇਹ ਵਾਕਿਆ ਹੋਇਆ। ਉਹ ਜਿਹੜੀ ਸੀ ਨਾ ਸ਼ਿਕਸਤ ਹੁੰਦੀ ਪਈ ਉਹ ਫਤਿਹ ਵਿੱਚ ਬਦਲ ਗਈ, ਸਮਝ ਆਈ ਜਾ? ਅੱਛਾ, ਫਿਰ ਉਸ ਤੋਂ ਬਾਅਦ ਕੀ ਹੋਇਆ? ਅੱਲਾ ਕੀ ਫਰਮਾਉਂਦੇ ਨੇ? ਅੱਲਾ ਫਰਮਾਉਂਦੇ ਨੇ ਵਮਾ ਰਮੈਤਾ, ਮੇਰੇ ਮਹਬੂਬ ਨਬੀ, ਉਹ ਜੋ ਕੈਂਕਰੀਆਂ ਮਾਰੀ ਸੀ ਨਾ ਉਹ ਤੂੰ ਨਹੀਂ ਮਾਰੀ, ਕਿਉਂ? ਚੁਗੀਆਂ ਹਜ਼ੂਰ ਨੇ, ਮਾਰੀਆਂ ਹਜ਼ੂਰ ਨੇ, ਅੱਲਾ ਨਫੀ ਕਿਉਂ ਕਰਦਾ ਪਿਆ ਬਈ ਕਿ ਤੁਸੀਂ ਨਹੀਂ ਮਾਰੀਆਂ? ਫਿਰ ਅੱਗੇ ਅੱਲਾ ਫਰਮਾਉਂਦੇ ਨੇ ਇਸ ਰਮੈਤਾ, ਵੋ ਜੋ ਤੂੰ ਨੇ ਹੀ ਮਾਰੀ ਥੀ, ਪਹਿਲੇ ਆਖਿਆ ਵੋ ਤੂੰ ਨੇ, ਇਹ ਖਿਤਾਬ ਬਸ ਮੁੱਕਣ ਵਾਲਾ, ਇੰਨੀ ਗੱਲ ਹੀ ਆ। ਉਹ ਕੈਂਕਰੀਆਂ ਪਹਿਲੇ ਆਖਿਆ ਵੋ ਤੂੰ ਨੇ ਨਹੀਂ ਮਾਰੀ ਕੈਂਕਰੀਆਂ, ਠੀਕ ਹੈ ਜੀ, ਵੇਖਣ ਵਾਲਿਆਂ ਦੀ ਅੱਖ ਵੇਖਦੀ ਪਈ ਹੈ ਗੁਰੂ ਨੇ ਮਾਰੀਆਂ, ਅਤੇ ਅੱਲਾ ਨੇ ਵੀ ਕਿਹਾ ਕਿ ਇਹਨਾਂ ਨੇ ਇਤਰਾਜ਼ ਕਰਨਾ ਤਾਂ ਮੈਂ ਗੱਲ ਪਹਿਲੇ ਹੀ ਮੁਕਾ ਦਿੰਦਾ। ਅੱਲਾ ਨੇ ਨਾਲ ਹੀ ਫਰਮਾਤਾ ਇਹ ਜ਼ਰਵਾਈਤਾ ਵੋ ਜੋ ਤੂੰ ਨੇ ਮਾਰੀ, ਅੱਗੇ ਕੀ ਹੈ ਕੁਰਾਨ, ਅੱਗੇ ਕੀ ਹੈ ਕੁਰਾਨ, ਅੱਗੇ ਅੱਲਾ ਫਰਮਾਉਂਦਾ ਵਲਾ ਕਿਨ ਅੱਲਾ ਰਮਾ, ਵੋ ਅੱਲਾ ਨੇ ਖੁਦ ਮਾਰੀ, ਵੋ ਅੱਲਾ ਨੇ। ਹੁਣ ਮੈਂ ਨਹੀਂ ਇੱਕ ਉਸ ਜਗ੍ਹਾ 'ਤੇ ਬੈਠਾ, ਮੈਨੂੰ ਇਹ ਦੱਸੋ ਰੱਬ ਨੇ ਫਰਕ ਨਹੀਂ ਮਿਟਾਇਆ? ਦੱਸੋ ਇਸ ਗੱਲ ਨਾਲ ਫਰਕ ਰਹਿ ਗਿਆ? ਇਹ ਜਿਹੜਾ ਫਰਕ ਪਾਉਂਦੇ ਨੇ ਕਿ ਉਹ ਤੇ ਇਹ ਉਹ ਹੋਰ ਤੇ ਇਹ ਹੋਰ, ਰੱਬ ਨੇ ਫਰਕ ਰਹਿਣ ਦਿੱਤਾ?
ਏਡਾ ਕਾਹਦਾ ਵਕਤ ਪਿਆ ਮੌਲਵੀ ਸਾਹਿਬ ਨੂੰ ਫਰਕੇ ਪਾਉਂਦਾ ਫਿਰਦਾ ਵਿੱਚ? ਹੈਂ, ਅੱਲਾ ਨੇ ਫਰਕ ਰਹਿਣ ਦਿੱਤਾ ਤੇ ਤੂੰ ਕੀ ਚਾਹੁੰਦਾ ਪਿਆ ਬਈ? ਤੂੰ ਦੂਸਰੀ ਗੱਲ ਕਰ, ਅੱਲਾ ਤੇ ਕਹਿੰਦਾ ਫਰਕ ਹੀ ਨਹੀਂ, ਰਹਿਣ ਹੀ ਨਹੀਂ ਦਿੱਤਾ। ਨਹੀਂ ਸਮਝ ਆਇਆ? ਵੋ ਜੋ ਕੈਂਕਰੀਆਂ ਤੂਨੇ, ਵੋ ਤੂਨੇ ਨਹੀਂ ਮਾਰੀ, ਤੂਨੇ ਨਹੀਂ ਮਾਰੀ, ਨਫੀ ਕਰ ਦਿੱਤੀ। ਠੀਕ ਹੈ ਮੌਲਾ, ਇਸ ਰਮਾਈ ਦਾ ਜੋ ਤੂਨੇ ਮਾਰ ਦੀ ਥੀ। ਠੀਕ ਹੈ, ਫਿਰ ਅੱਗੋਂ ਤੀਸਰੀ ਗੱਲ ਹੁੰਦੀ, ਵਲਾ ਕਿ ਅੱਲਾਹ ਰਮਾ, ਵੋ ਅੱਲਾ ਨੇ ਖੁਦ ਮਾਰੀ। ਹੱਥ ਕਿਹਦਾ ਫਿਰ? ਹੱਥ ਕਿਹਦਾ ਦੱਸੋ ਬਾਈ? ਅੱਧੇ ਜਾਗਦੇ ਬੋਲਦੇ ਨੇ ਤੇ ਅੱਧੇ ਸੁੱਤਿਆਂ ਬੋਲਦੇ ਪਏ ਨੇ। ਇਹ ਨਹੀਂ ਗੱਲ ਕੋਈ ਨਹੀਂ, ਯਾਨੀ ਇੱਕ ਆਵਾਜ਼ ਨਾ ਕਰੋ, ਉਹ ਤੁਹਾਨੂੰ ਉੱਚੀ ਕੋਈ ਬੁਲਾਉਣਾ ਮਕਸਦ ਨਹੀਂ। ਉਹ ਕੈਂਕਰੀਆਂ ਕਿੰਨੇ ਮਾਰੇ? ਹੱਥ ਕਿਹਦਾ? ਅਤੇ ਨਬੀ ਪਾਕ ਦਾ ਹੱਥ ਨਹੀਂ? ਹਾਂਜੀ ਯਾਰ, ਤੁਸੀਂ ਵੰਡਾਂ ਪਾਉਂਦੇ ਫਿਰਦੇ ਹੋ, ਇਹੀ ਤਾਂ ਤੁਹਾਨੂੰ ਸਮਝ ਨਹੀਂ ਆਈ। ਖਿਤਾਬ ਤੁਹਾਨੂੰ ਕੀ ਕਰੀਏ ਜਾਂ ਕੀ ਤੁਹਾਨੂੰ ਮਸਲਾ ਦੱਸੀਏ? ਇੱਕ ਘੰਟਾ ਤੁਹਾਨੂੰ ਹੋ ਗਿਆ ਸਮਝਾਉਂਦਿਆਂ, ਉਸ ਤੁਹਾਨੂੰ ਚੜ੍ਹਾਇਆ ਉਸ ਤਖ਼ਤ ਉੱਤੇ, ਤੁਸੀਂ ਤਿਲਕਦੇ ਫਿਰਦੇ ਹੋ, ਤੁਸੀਂ ਉੱਤੇ ਬਹਿ ਨਹੀਂ ਸਕਦੇ ਪਏ। ਉਹ ਬੰਦੇ ਅੱਲਾ ਦੇ ਤੁਸੀਂ ਗੱਲ ਨਹੀਂ ਸਮਝਦੇ ਪਏ। ਉਹ ਕੈਂਕਰੀਆਂ ਅੱਲਾ ਫਰਮਾਉਂਦਾ ਪਿਆ ਤੂਨੇ ਨਹੀਂ ਮਾਰੀ, ਵੋ ਜੋ ਤੂਨੇ ਮਾਰਦੀ ਥੀ। ਫਿਰ ਅੱਗੇ ਕੀ ਹੈ? ਪਹਿਲੇ ਨਫੀ ਇਸ ਬਾਤ, ਫਿਰ ਫਰਮਾਇਆ ਵਲਾ ਕਿਨ ਅੱਲਾ ਰਮਾ, ਵੋ ਅੱਲਾ ਨੇ ਖੁਦ ਮਾਰੀ ਹੈ। ਅਤੇ ਹੱਥ ਕਿਹਦਾ? ਇੱਥੇ ਗੱਲ ਕਰੋ ਨਾ ਆ ਕੇ, ਹੱਥ ਕਿਹਦਾ ਹੋਇਆ? ਅੱਲਾ ਦਾ। ਕਿਹੜਾ ਹੱਥ? ਕੈਂਕਰੀਆਂ ਵਾਲਾ। ਅਤੇ ਵੈਸੇ ਹੱਥ ਕਿਹਦਾ ਸੀ? ਸਰਕਾਰ ਦਾ ਹੱਥ ਸੀ ਨਾ। ਅੱਲਾ ਨੇ ਕੀ ਆਖਿਆ? ਅੱਲਾ ਨੇ ਕੀ ਆਖਿਆ? ਅੱਲਾ ਨੇ, ਅੱਲਾ ਨੇ ਕਿਹਾ ਹੱਥ ਅੱਲਾ ਦਾ ਨਾ, ਅਤੇ ਵੰਡ ਕਾਹਦੀ? ਅਤੇ ਚਲੋ ਫਿਰ ਸਲਾਮ ਪੜੀ। ਕਿਹੜਾ ਜੀ ਯਾਰ? ਫੇਰ ਪੜ੍ਹਾ ਲਿਆ, ਪਹਿਲੇ ਤੁਹਾਨੂੰ ਚੇਤਾ ਨਹੀਂ ਆਇਆ, ਹੁਣ ਸਲਾਮ ਪੜ੍ਹੋ। ਉੱਥੇ ਸਾਰਾ ਕੁਝ ਸਲਾਮ ਆ ਨਬੀ ਸਲਾਮ ਅਲੈਕਾ, ਰਸੂਲ ਸਲਾਮ ਮਲੈਕਾ, ਹਬੀਬ ਸਲਾਮ ਅਲੈਕਾ।